ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਸੋ ਵੇਲਾ ਘੜੀ ਤਨ ਤਨ ਮੂਰਤ ਪਲ ਸਾਰ ਤਨ ਸੋ ਦਿਨ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਜਿਤ ਡਿਠਾ ਗੁਰ ਦਰਸਾਰ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ ਨਾਨਕ ਕੋ ਪ੍ਰਭ ਭੇ ਕਿਰਪਾਲਾ ਸਤਗੁਰ ਪੂਰਾ ਪਾਇਆ ਸਤਗੁਰ ਪੂਰਾ ਪਾਇਆ ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ ਆਨਾ ਸੰਸਰ ਕੋ ਲਾਗੈ ਢੂੰਡ ਰਹੇ ਹਮ ਉੱਚਾ ਰਹੇ ਹਮ ਉੱਚਾ ਬਹੁ ਬਯੰਤ ਅਤ ਬਡੋਗਾ ਹਰੋ ਥਾ ਨਹੀਂ ਅਗ ਉੱਚਾ ਤੋਲ ਨ ਤੁਲੀਐ ਮੋਲ ਨ ਮਲੀਐ ਕਤ ਪਾਈਐ ਮਨ ਰੁਚਾ ਖੋਜ ਅਸੰਖਾ ਅਨਕਤ ਪੰਥਾ ਬਿਨ ਗੁਰ ਨਹੀਂ ਪਹੁੰਚਾ ਕਹੁ ਨਾਨਕ ਕਹੁ ਨਾਨਕ ਕਿਰਪਾ ਕਰੇ ਠਾਕੁਰ ਮਿਲ ਸਾਧੂ ਰਸ ਸੁੰਚਾ ਮਿਲ ਸਾਧੂ ਰਸ ਸੁੰਚਾ ਤੈਸੋ ਹੀ ਮੈਂ ਮੀਠ ਜੈਸਾ ਸੁਣਿਆ ਜੈਸਾ ਸੁਣਿਆ ਤੈਸੋ ਹੀ ਮੈਂ ਮੀਠ ਜੈਸਾ ਸੁਣਿਆ ਜੈਸਾ ਸੁਣਿਆ ਤੈਸੋ ਹੀ ਮੈਂ ਮੀਠ ਜੈਸਾ ਸੁਣਿਆ ਜੈਸਾ ਸੁਣਿਆ ਜੈਸਾ ਸੁਣਿਆ ਜੈਸਾ ਸੁਣਿਆ
ਸਤਿਗੁਰੂ ਮੇਰਾ ਜਿਹੜਾ ਵਿਛੜਿਆ ਮੇਲਦਾ ਓ ਐਸਾ
سب کچھ میرا جڑا وچھڑیا ایسا سب کچھ میرا جڑا وچھڑیا ਨਾਨਕ ਸਤਿਗੁਰ ਤਿੰਨਾ ਮਲਾਇਆ ਜਿਨ੍ਹਾਂ ਤੁਰੇ ਪਾਇਆ ਸੰਜੋਗ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਅਪਾਰ ਰਹਿਮਤਾਂ ਵਰਤਾਈਆਂ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਪ੍ਰਤਾਪ ਸਿੰਘ ਜੀ ਜਿਨ੍ਹਾਂ ਨੇ ਮਹਾਨ ਉਦਮ ਉਪਰਾਲਾ ਕੀਤਾ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨਾਂ ਦਾ 350 ਸਾਲਾ ਅਵਤਾਰ ਪੁਰਬ ਜਨਮ ਸ਼ਤਾਬਦੀ ਨਾਨਕ ਸਰ ਠਾਠ ਬਾਜਪੁਰ ਗਜਰੋਲਾ ਵਿਖੇ ਮਨਾਉਂਦੇ ਹੋਏ ਪਿਛਲੇ ਦਿਨਾਂ ਤੋਂ ਮਹਾਨ ਗੁਰਮਤ ਸਮਾਗਮ ਆਰੰਭੇ ਨੇ ਅੱਜ ਆਪਾਂ ਰਾਤਰੀ ਦੇ ਪੰਜਵੇਂ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਸਵਾਓ ਜਿਤਨਾ ਕੁ ਸਮਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ ਆਪਾਂ ਸਾਰੇ ਰਲ ਮਿਲ ਕੇ ਮਾਲਕ ਦੇ ਗੁਣ ਗਾਈਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਪਿਆਰ ਸਹਿਤ ਬੁਲਾਓ ਹੋਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸਾ ਸਤਿਗੁਰੂ ਸੁਣੀਂਦਾ ਤੈ ਸੋ ਹੀ ਮੰਡੀ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ ਭਾਗ ਜਾਗਦੇ ਨੇ ਕਰਮ ਜਾਗਦੇ ਨੇ ਜਦੋਂ ਆਪਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਬੈਠਦੇ ਹਾਂ ਮਹਾਰਾਜ ਦੇ ਚਰਨਾਂ ਨਾਲ ਜੁੜਦੇ ਹਾਂ ਬਾਣੀ ਨਾਲ ਜੁੜਦੇ ਹਾਂ ਮਹਾਂਪੁਰਖਾਂ ਦੀ ਸੰਗਤ ਨਾਲ ਜੁੜਦੇ ਹਾਂ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ
ਜਿਵੇਂ ਆਪਾਂ ਬੈਂਕ ਵਿੱਚ ਮਾਇਆ ਜਮ੍ਹਾਂ ਕਰਵਾਉਂਦੇ ਹਨ, ਜਮ੍ਹਾਂ ਹੋਵੇਗੀ ਕਢਵਾਉਣ ਜਾਵਾਂਗੇ ਤੇ ਮਿਲ ਜਾਏਗੀ, ਬੈਂਕ ਵਿੱਚ ਖਾਤਾ ਹੀ ਨਹੀਂ, ਜਮ੍ਹਾਂ ਕਰਵਾਇਆ ਹੀ ਨਹੀਂ, ਕਢਵਾਉਣ ਚਲੇ ਜਾਓ ਉਹ ਜਵਾਬ ਦੇ ਦੇਣਗੇ, ਵਾਪਸ ਮੋੜ ਦੇਣਗੇ। ਇੱਥੇ ਤੱਕ ਕਹਿੰਦੇ ਜੇ ਕਿਸੇ ਨੇ ਬਿਲਡਿੰਗ ਪਾਈ ਹੋਵੇ ਤੇ ਉਹ ਬਿਲਡਿੰਗ ਬੈਂਕ ਵਾਲਿਆਂ ਨੂੰ ਕਿਰਾਏ ਤੇ ਦੇ ਦੇਵੇ, ਉਹ ਬਿਲਡਿੰਗ ਦਾ ਖੁਦ ਮਾਲਕ ਹੋਵੇ, ਉਹ ਜਾ ਕੇ ਮਾਇਆ ਕਢਵਾਉਣੀ ਚਾਹੇ ਉਹ ਵੀ ਤਾਂ ਕਢਵਾ ਸਕਦਾ ਜੇ ਉਹਦੇ ਪਹਿਲਾਂ ਉੱਥੇ ਜਮ੍ਹਾਂ ਨੇ। ਉਹ ਬਿਲਡਿੰਗ ਦਾ ਮਾਲਕ ਹੋਣ ਦੇ ਬਾਵਜੂਦ ਵੀ ਉਹ ਮਾਇਆ ਨਹੀਂ ਕਢਾ ਸਕਦਾ ਜੇਕਰ ਉਹਦੇ ਉਸ ਬੈਂਕ ਵਿੱਚ ਜਮ੍ਹਾਂ ਨਹੀਂ ਹੈ। ਇਵੇਂ ਸਾਧ ਸੰਗਤ ਜਿਨ੍ਹਾਂ ਦੇ ਪੂਰਵਲੇ ਕਰਮ ਜਮ੍ਹਾਂ ਨੇ ਉਹ ਸੰਗਤ ਵਿੱਚ ਆ ਕੇ ਜੁੜਦੇ ਨੇ, ਉਹ ਬਾਣੀ ਨਾਲ ਜੁੜਦੇ ਨੇ, ਮਹਾਂਪੁਰਖਾਂ ਦੀ ਸੰਗਤ ਨਾਲ ਜੁੜਦੇ ਨੇ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾਂ ਵਾਲੇ, ਉਹ ਤੇ ਇੱਥੇ ਤੱਕ ਕਹਿੰਦੇ ਸੀ ਬਹੁਤ ਜ਼ਿਆਦਾ ਇਕੱਠ ਹੋਣਾ ਤਾਂ ਵੀ ਇਹ ਬਚਨ ਕਰਨਾ ਕਹਿਣਾ ਅਜੇ ਨਵਾਂ ਤੇ ਕੋਈ ਜੋੜਿਆ ਹੀ ਨਹੀਂ, ਨਵਾਂ ਤੇ ਅਜੇ ਕੋਈ ਜੋੜਿਆ ਹੀ ਨਹੀਂ, ਹਜੇ ਤੇ ਜਿਹੜੇ ਪਿਛਲੇ ਵਿਛੜੇ ਹੋਏ ਆ ਉਹੀ ਮਿਲ ਰਹੇ ਹਾਂ। ਆਖੋ ਸਤਨਾਮ, ਵਾਹਿਗੁਰੂ। ਜਿਹੜੇ ਪਿੱਛੇ ਵਿਛੜੇ ਹੋਏ ਆ ਅਜੇ ਉਹੀ ਮਿਲ ਰਹੇ ਹਾਂ, ਤੇ ਜੇ ਸਮਾਂ ਮਿਲਿਆ ਹੈ ਜੁੜਨ ਦਾ ਤੇ ਅਰਦਾਸ ਇਹੀ ਕਰਨੀ ਗਰੀਬਨ ਬਾਜ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਜਿਹੜੇ ਅਜੇ ਤੱਕ ਸਾਧ ਸੰਗਤ ਬਾਣੀ ਤੇ ਬਾਣੇ ਨਾਲ ਨਹੀਂ ਜੁੜੇ ਪਰ ਉਹ ਸੰਗਤ ਵਿੱਚ ਆ ਕੇ ਬੈਠਦੇ ਨੇ, ਸੰਗਤ ਵਿੱਚ ਆ ਕੇ ਬੈਠਦੇ ਨੇ, ਰੋਜ਼ ਦੀਵਾਨਾਂ ਵਿੱਚ ਸਜਦੇ ਨੇ, ਮਹਾਂਪੁਰਖਾਂ ਦੇ ਬਚਨ ਸਰਵਣ ਕਰਦੇ ਨੇ, ਉਹ ਅਰਦਾਸ ਕਰਿਆ ਕਰੋ। ਸੱਚੇ ਪਾਤਸ਼ਾਹ ਕਲਯੁਗ ਦਾ ਪ੍ਰਭਾਵ ਬਹੁਤ ਪਿਆ ਹੈ, ਸਾਡੇ ਮਾੜੇ ਕਰਮ ਨੇ ਅਜੇ ਜਿਹੜੇ ਸਾਨੂੰ ਬਾਣੀ ਤੇ ਬਾਣੇ ਨਾਲ ਨਹੀਂ ਜੁੜਨ ਦਿੰਦੇ, ਪਰ ਗਰੀਬਨ ਵਾਜ ਤੇਰੇ ਘਰ ਕਿਸ ਗੱਲ ਦਾ ਘਾਟਾ ਹੈ, ਤੇਰੇ ਘਰ ਕਿਸ ਗੱਲ ਦੀ ਕਮੀ ਹੈ, ਸਾਚੇ ਸਹਿਬਾ ਕਿਆ ਨਾਹੀ ਕਰਦੀ ਰਹੇ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨੇਰੀ।